ਇਹ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਦੇ ਪੰਜਾਬ ਪਟਵਾਰੀ ਦੀ ਰਿਕਰੂਟਮੈਂਟ ਤੋਂ ਬਾਅਦ ਪੰਜਾਬ ਪੁਲਿਸ ਦੀ ਜੋਬ ਰਿਕਰੂਟਮੈਂਟ ਦੀ ਆਫੀਸ਼ੀਅਲ ਨਿਊਜ਼ ਜਿਹੜੀ ਇਹਨਾਂ ਨੇ ਜਾਰੀ ਕਰ ਦਿੱਤੀ ਗਈ। ਇਸ ਵਿੱਚ ਦੋਸਤੋ ਸਬ ਇੰਸਪੈਕਟਰ ਦੀਆਂ ਪੋਸਟਾਂ ਹੋਣਗੀਆਂ, ਹੈੱਡ ਕੋਂਸਟੇਬਲ ਦੀਆਂ ਹੋਣਗੀਆਂ ਅਤੇ ਕੋਂਸਟੇਬਲ ਦੀਆਂ ਪੋਸਟਾਂ ਹੋਣਗੀਆਂ। ਅਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਹਨਾਂ ਦਾ ਸਿਲੇਬਸ ਕੀ ਹੋਵੇਗਾ, ਇਹਨਾਂ ਦੇ ਇਗਜ਼ਾਮ ਦਾ, ਅਤੇ ਪ੍ਰੀਖਿਆ ਲਈ ਕਿਹੜੀ ਸਭ ਤੋਂ ਬੈਸਟ ਕਿਤਾਬ ਨੇ, ਇੱਥੇ ਆਪਾਂ ਇਸ ਵੀਡੀਓ ਵਿੱਚ ਪੂਰਾ ਚੈੱਕ ਕਰਾਂਗੇ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਸਭ ਤੋਂ ਪਹਿਲਾਂ ਇਹਨਾਂ ਨੇ ਆਫੀਸ਼ੀਅਲ ਨਿਊਜ਼ ਵਿੱਚ ਇੱਕ ਚਾਰਟ ਜਾਰੀ ਕੀਤਾ ਜਿਸ ਵਿੱਚ ਪੂਰੀ ਡਿਟੇਲਡ ਜਿਹੜੀ ਰਿਕਰੂਟਮੈਂਟ ਦੇ ਪੂਰੀ ਕਿਹੜੀ ਕਿਹੜੀ ਪੋਸਟਾਂ ਨੇ ਉਹਨਾਂ ਦੀ ਅਨਾਊਂਸਮੈਂਟ ਕੀਤੀ ਹੋਈ ਹੈ। ਜਿਵੇਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਪਹਿਲੀ ਪੋਸਟ ਜਿਹੜੀ ਸਬ ਇੰਸਪੈਕਟਰ ਦੀ, ਇੱਥੇ ਪੋਸਟ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਅਤੇ ਇਹ ਕੈਡਰ ਵਾਈਜ਼ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਡਿਸਟ੍ਰਿਕਟ ਦੇ ਆਧਾਰ 'ਤੇ ਆਵੇਗੀ, ਅਤੇ ਆਰਮਡ ਦੇ ਆਧਾਰ 'ਤੇ, ਅਤੇ ਇੰਟੈਲੀਜੈਂਸ ਅਤੇ PVI ਅਤੇ TS ਦੇ ਆਧਾਰ 'ਤੇ ਜਿਹੜੀ ਇਹ ਸਬ ਇੰਸਪੈਕਟਰ ਦੀਆਂ ਪੋਸਟਾਂ ਅਨਾਊਂਸਮੈਂਟ ਹੋਵੇਗੀ। ਅਤੇ ਔਨਲਾਈਨ ਟੈਸਟ ਹੋਵੇਗਾ ਦੋਸਤੋ, ਹੈੱਡ ਕੋਂਸਟੇਬਲ ਦਾ ਵੀ ਔਨਲਾਈਨ ਟੈਸਟ ਹੋਵੇਗਾ, ਅਤੇ ਇਸ ਤੋਂ ਬਾਅਦ ਕੋਂਸਟੇਬਲ ਦਾ ਵੀ ਜਿਹੜਾ ਔਨਲਾਈਨ ਟੈਸਟ ਹੋਵੇਗਾ। ਦੋਸਤੋ ਇਹ ਥੋੜ੍ਹੀ ਸ਼ੌਕਿੰਗ ਨਿਊਜ਼ ਹੈ ਕਿ ਕੋਂਸਟੇਬਲ ਦੀ ਪੋਸਟ ਵਾਸਤੇ ਵੀ CPT ਹੋਵੇਗਾ, ਕਿਉਂਕਿ ਪਿਛਲੀ ਵਾਰ ਜਦੋਂ ਕੋਂਸਟੇਬਲ ਦਾ ਐਗਜ਼ਾਮ ਹੋਇਆ ਸੀ ਸਿਰਫ ਮੈਰਿਟ ਦੇ ਆਧਾਰ 'ਤੇ 12th ਪਾਸ ਸੀ, ਪਲੱਸ ਮੈਰਿਟ 'ਤੇ ਜਿਹੜੀ ਰਨਿੰਗ ਰੂਨਿੰਗ ਦੇ ਜਿਹੜੇ ਨੰਬਰ ਮਿਲਦੇ ਸੀ ਉਸਦੇ ਆਧਾਰ 'ਤੇ ਸਿਲੈਕਸ਼ਨ ਹੋ ਜਾਂਦੇ ਸੀ, ਪਰ ਹੁਣ CBT ਕੰਪਿਊਟਰ ਬੇਸਡ ਟੈਸਟ ਦੇਣਾ ਪਊਗਾ। ਇਸ ਤੋਂ ਇਲਾਵਾ ਫਿਜ਼ੀਕਲ ਮਜ਼ੂਰਮੈਂਟ ਅਤੇ ਫਿਜ਼ੀਕਲ ਟੈਸਟ, ਮੈਡੀਕਲ ਵਗੈਰਾ ਸਭ ਕੁਛ ਇਹਨਾਂ ਨੇ ਟਿੱਕ ਮਾਰ ਦੀ ਨਿਸ਼ਾਨੀ ਲਗਾਈ ਹੋਈ ਹੈ। ਤਾਂ ਦੋਸਤੋ ਮੇਨ ਮੇਨ ਗੱਲ ਜਿਹੜੀ ਹੈਗੀ ਸਬ ਇੰਸਪੈਕਟਰ ਦੀ ਪੋਸਟਾਂ ਆਉਣਗੀਆਂ, ਅਤੇ ਹੈੱਡ ਕੋਂਸਟੇਬਲ ਦੀਆਂ ਆਉਣਗੀਆਂ ਅਤੇ ਕੋਂਸਟੇਬਲ ਦੀਆਂ। ਹੁਣ ਦੋਸਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੰਪੀਟੀਸ਼ਨ ਕਿੰਨਾ ਟਫ ਹੋਣ ਵਾਲਾ ਹੈ, ਇਸ ਲਈ ਆਪਾਂ ਨੂੰ ਰਿਕਰੂਟਮੈਂਟ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਹੀ ਇਸਦੀ ਤਿਆਰੀ ਖਿੱਚਣੀ ਪਵੇਗੀ। ਰਨਿੰਗ ਰੂਨਿੰਗ ਆਪਣੀ ਜੋ ਵੀ ਤਿਆਰੀ ਹੁੰਦੀ ਹੈ ਅਤੇ ਇਗਜ਼ਾਮ ਦੀ ਤਿਆਰੀ ਆਪਾਂ ਨੂੰ ਪਹਿਲਾਂ ਹੀ ਸਟਾਰਟ ਕਰਨੀ ਪਵੇਗੀ। ਅਤੇ ਇਸ ਇਗਜ਼ਾਮ ਦੀ ਪ੍ਰਿਪਰੇਸ਼ਨ ਕਰਨ ਵਾਸਤੇ ਮੈਂ ਤੁਹਾਡੀ ਹੈਲਪ ਕਰਾਂਗਾ। ਕੋਈ ਵੀ ਤੁਹਾਡੇ ਸਵਾਲ ਮਨ ਵਿੱਚ ਆਉਂਦਾ ਜਾਂ ਕੁਝ ਵੀ ਪੁੱਛਣਾ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਫਟਾਫਟ ਦੋਸਤੋ ਹੁਣ ਤੁਸੀਂ SI ਦੇ ਸਿਲੇਬਸ ਦਾ ਇੱਕ ਸਕਰੀਨਸ਼ੋਟ ਲੈ ਲਓ। ਦੋਸਤੋ ਸਿਰਫ ਇਹ ਸਿਲੇਬਸ ਆਉਂਦਾ ਅਤੇ ਇਹਨਾਂ ਵਿੱਚੋਂ ਇਹਨਾਂ ਰਿਲੇਟਡ ਹੀ ਸਵਾਲ ਜਿਹੜੇ SI ਦੇ ਇਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਐਂਡ ਕੋਂਸਟੇਬਲ ਦੇ ਸਿਲੇਬਸ ਦੀ ਗੱਲ ਕਰੀਏ, ਇਹ ਤੁਹਾਡੇ ਸਾਹਮਣੇ ਆ, ਇਸ ਦਾ ਵੀ ਜਲਦੀ ਨਾਲ ਇੱਕ ਸਕਰੀਨਸ਼ੋਟ ਲੈ ਲਓ। ਅਤੇ ਹੁਣ ਆਪਾਂ ਗੱਲ ਕਰਦੇ ਇਹ ਸਾਰਾ ਸਿਲੇਬਸ ਆਪਾਂ ਕਿਹੜੀਆਂ ਬੁੱਕਸ ਵਿੱਚੋਂ ਕਵਰ ਕਰਨਾ। ਕਹਿਣ ਦਾ ਭਾਵ ਇਹ ਹੈ ਕਿ ਇਗਜ਼ਾਮ ਦੀ ਪ੍ਰਿਪਰੇਸ਼ਨ ਸਭ ਤੋਂ ਵਧੀਆ ਕਿਹੜੀ ਬੈਸਟ ਬੁੱਕਸ ਨੇ ਤਾਂ ਜੋ ਆਪਾਂ ਇਗਜ਼ਾਮ ਇਹ ਪੰਜਾਬ ਪੁਲਿਸ ਦਾ ਇਗਜ਼ਾਮ ਨੂੰ ਕਰੈਕ ਕਰ ਸਕੀਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕੋਂਸਟੇਬਲ ਦੀ। ਦੋਸਤੋ ਇਹ ਬੁੱਕ ਹੈ ਜਿਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਇਸ ਵਿੱਚ ਪ੍ਰੋਪਰ ਗਾਈਡਨੈਂਸ ਦਿੱਤੀ ਹੋਈ ਹੈ ਅਤੇ ਚੰਗੀ ਤਰ੍ਹਾਂ ਇਹ ਸਮਝਾਇਆ ਹੋਇਆ ਹੈ ਕਿ ਕਿਸ ਟਾਈਪ ਦਾ ਪੇਪਰ ਹੁੰਦਾ। ਇਸ ਤੋਂ ਇਲਾਵਾ ਪ੍ਰੀਵੀਅਸ ਕੁਐਸਚਨ ਦੇ ਪ੍ਰਿੰਟ ਆਊਟ ਵੀ ਇਹਨਾਂ ਵਿੱਚ ਆਪਾਂ ਨੂੰ ਮਿਲ ਜਾਂਦੇ ਆ। ਇਸ ਤੋਂ ਬਾਅਦ ਆਪਾਂ ਕੋਂਸਟੇਬਲ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਬੁੱਕ ਹੈ ਜਿਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਅਤੇ ਇਸ ਵਿੱਚ ਵੀ ਕਾਫੀ ਚੰਗੀ ਤਰ੍ਹਾਂ ਇਹਨਾਂ ਨੇ ਗਾਈਡੈਂਸ ਦਿੱਤੀ ਹੈ ਅਤੇ ਪੂਰਾ ਸਿਲੇਬਸ ਇਸ ਵਿੱਚ ਕਵਰ ਕੀਤਾ ਹੋਇਆ। ਅਤੇ ਇਸਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਜੇ ਤੁਸੀਂ ਔਨਲਾਈਨ ਪਰਚੇਜ਼ ਕਰਨਾ ਚਾਹੁੰਦੇ ਹੋ। ਬਸ 2 ਮਿੰਟ ਵਿੱਚ ਤੁਸੀਂ ਔਨਲਾਈਨ ਇਸ ਨੂੰ ਪਰਚੇਜ਼ ਕਰ ਸਕਦੇ ਹੋ। ਦੋਸਤੋ ਜੇ ਕੋਈ ਸਵਾਲ ਹੈ ਤੁਹਾਡੇ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਜੇ ਕੋਈ ਦਿੱਕਤ ਆਉਂਦੀ ਹੈ ਇਸ ਨੂੰ ਪਰਚੇਜ਼ ਕਰਨ ਵਿੱਚ ਤਾਂ ਮੈਂ ਨੈਕਸਟ ਪਾਰਟ ਇਸ ਵੀਡੀਓ ਦਾ ਕਿਵੇਂ ਪਰਚੇਜ਼ ਕਰਨਾ ਮੈਂ ਤੁਹਾਨੂੰ ਉਹ ਸਮਝਾ ਦੇਵਾਂਗਾ ਅਤੇ ਇੱਕ ਵੀਡੀਓ ਪ੍ਰੋਵਾਈਡ ਕਰਵਾ ਦੇਵਾਂਗਾ। ਜੇ ਦੋਸਤੋ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।